ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਬਿਹਾਰ ਤੋਂ ਇੱਥੇ ਮੱਥਾ ਟੇਕਣ ਆਏ ਹਨ ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਵੱਲ ਧਿਆਨ ਦੇਣ ਅਤੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਸਭ ਲੋਕ ਬਿਹਾਰ ਸੇ ਆਕਰ ਮੱਥਾ ਟੇਕਣੇ ਆਏ ਹਨ ਔਰ ਹਮ ਲੋਗੋਂ ਕੀ ਬੜੀ ਸ਼ਰਧਾ ਹੈ ਔਰ ਜੋ ਇਨਕਾ ਉਪਦੇਸ਼ ਹੈ ਉਹ ਸਭ ਕੋ ਸਮਝਣੇ ਔਰ ਧਿਆਨ ਦੇਣੇ ਕੀ ਬਾਤ ਹੈ। ਸਮਾਜ ਕੇ ਹਰ ਤਬਕੇ ਮੇਂ ਪ੍ਰੇਮ ਕਾ ਭਾਵ ਹੋ, ਇੱਕ ਦੂਸਰੇ ਕੇ ਪ੍ਰਤੀ ਸਨਮਾਨ ਕਾ ਭਾਵ ਹੋ, ਇਹ ਬਹੁਤ ਬੜੀ ਚੀਜ਼ ਹੈ। ਤੋ ਹਮ ਸਭ ਤੋਂ ਮੱਥਾ ਟੇਕਣੇ ਆਏ ਹੈ ਔਰ ਯਹੀ ਚਾਹਤੇ ਹੈ ਕਿ ਪੂਰੇ ਦੇਸ਼ ਮੇਂ ਸ਼ਾਂਤੀ ਰਹੇ, ਸਦਭਾਵ ਰਹੇ, ਹਮਾਰਾ ਬਿਹਾਰ ਵੀ ਆਗੇ ਬਢ਼ੇ। तो यही सब कामना को लेकर यहाँ पर मत्था टेकने के लिए आए हुए। इस मौके SGPC प्रधान गोविंद सिंह लोंगोवाल ने कहा कि नीतीश कुमार ने श्री गुरु गोविंद सिंह जी दी शताब्दी मना के सिखा च अपनी एक अलग पहचान बनाई है। उन्होंने कहा कि आज उन्हें दे इत्थे आना साडे लई बहुत खुशी दी गल है। सो आज बिहार के मुख्यमंत्री नीतीश कुमार जी और पहला सुल्तानपुर लोधी ਉੱਥੇ ਗਏ ਸੀ, ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ ਨੇ। ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਨਾਂ ਦੀ ਅੱਜ ਇਹ ਜੋ ਬੜੇ ਸ਼ਰਧਾਲੂ ਦੇ ਤੌਰ 'ਤੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਨੇ, ਕਿਉਂਕਿ ਨਿਤੀਸ਼ ਕੁਮਾਰ ਜੀ ਦਾ ਸਿੱਖ ਕੌਮ ਦੇ ਬਣਾ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਜਿਹੜੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਵਿਖੇ ਮਨਾਈ ਹੈ ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਬੜੀ ਸ਼ਾਨਦਾਰ ਸ਼ਰਧਾ ਸਤਿਕਾਰ ਦੇ ਨਾਲ ਉਹ ਸ਼ਤਾਬਦੀ ਜਿਹੜੀ ਮਨਾਈ ਸੀ। ਉਸ ਕਰਕੇ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵਧੀਆ ਥਾਂ ਜਿਹੜੀ ਹੈ ਨਿਤੀਸ਼ ਕੁਮਾਰ ਨੇ ਬਣਾਈ ਹੈ। ਮੈਂ ਦੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਵੀ ਹੈ। ਅੱਜ ਵੀ ਜਦੋਂ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ, ਉਸ ਤੋਂ ਬਾਅਦ ਉਹਨੇ ਬੀ ਨਦੀ ਦੇ ਵੀ ਕਹਿੰਦੇ ਸੀ ਦਰਸ਼ਨ ਕਰਨੇ, ਉੱਥੇ ਵੀ ਉਹ ਗਏ ਨੇ। ਸੋ ਅੱਜ ਉਹ ਜਿੱਥੇ ਸਾਰੀ ਕੌਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ 550 ਸਾਲਾਂ ਪ੍ਰਕਾਸ਼ ਦੀਆਂ ਵਧਾਈਆਂ ਦੇਣ ਵਾਸਤੇ ਵੀ ਇੱਥੇ ਆਏ ਨੇ। ਤੋ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਉਹਨਾਂ ਨੂੰ ਜੀਆਂ ਵੀ ਕਹਿਦਾ ਔਰ ਵਿਸ਼ੇਸ਼ ਤੌਰ ਤੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਦਰਸ਼ਨ ਕਰਨ ਵਾਸਤੇ ਉਹ ਪਹੁੰਚਣਗੇ। ਜਤਿੰਦਰਪਾਲ ਸਿੰਘ ਕੁਲੇਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।